ਪਾਕਿਸਤਾਨ ਉੜੀ ਹਮਲੇ ਦੇ ਹਵਾਲੇ ਨਾਲ ਭਾਰਤੀ ਇਲਜ਼ਾਮਾਤ ਮੁਸਤਰਦ ਕਰ ਦਿੱਤੇ। ਤਰਜਮਾਨ ਦਫ਼ਤਰੇ ਖਾਰਜਾ ਦਾ ਆਖਣ ਜੋ ਬੇਬੁਨਿਆਦ ਤੇ ਕੂੜੇ ਭਾਰਤੀ ਇਲਜ਼ਾਮਾਤ ਦੀ ਕੋਈ ਹੈਸੀਅਤ ਕਹਿਣੀ। ਅਫਵਾਜ ਪਾਕਿਸਤਾਨ ਮੁਲਕੀ ਦਿਫਾ ਸੰਗੇ ਹਰ ਵੇਲੇ ਤਿਆਰ ਹੈ। ਤਰਜਮਾਨ ਦਫ਼ਤਰੇ ਖਾਰਜਾ ਨਫੀਸ ਜ਼ਕਰੀਆ ਹਫ਼ਤਾਵਾਰ ਬਰੀਫਿੰਗ ਇਹ ਦਸਾਇਆ ਜੋ ਵਜ਼ੀਰ ਆਜ਼ਮ ਨਵਾਜ਼ ਸ਼ਰੀਫ ਅਕਵਾਮੇ ਮੁਤਹਿਦਾ ਕਸ਼ਮੀਰੀਆਂ ਦਾ ਮੁਕੱਦਮਾ ਚੰਗੇ ਅੰਦਾਜ਼ ਵਿੱਚ ਪੇਸ਼ ਕੀਤਾ। ਵਜ਼ੀਰ ਆਜ਼ਮ ਫੈਕਟ ਫਾਈਂਡਿੰਗ ਮਿਸ਼ਨ ਮਕਬੂਜ਼ਾ ਕਸ਼ਮੀਰ ਭੇਜਣ ਦਾ ਮੁਤਾਲਬਾ ਕੀਤਾ ਅਤੇ ਮਕਬੂਜ਼ਾ ਵਾਦੀ 'ਚ ਇਨਸਾਨੀ ਹਕੂਕ ਦੀਆਂ ਖਿਲਾਫ ਵਰਜ਼ੀਆਂ ਦੇ ਸਬੂਤ ਵੀ ਜਨਰਲ ਸੈਕਟਰੀ ਕੋਲ ਦਿੱਤੇ। ਉਹਨਾਂ ਦੱਸਿਆ ਜੋ ਕਾਬਜ਼ ਫੌਜ ਦੇ ਹੱਥੋਂ 118 ਕਸ਼ਮੀਰੀ ਸ਼ਹੀਦ ਅਤੇ ਹਜ਼ਾਰਾਂ ਜ਼ਖਮੀ ਥੀ ਚੁੱਕੇ ਹਨ। ਹੀ ਡਿਮਾਂਡਡ ਐਨ ਇੰਡੀਪੈਂਡੈਂਟ ਇਨਕੁਆਇਰੀ ਇਨਟੂ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਐਂਡ ਅ ਫੈਕਟ ਯੂਐਨ ਫੈਕਟ ਫਾਈਂਡਿੰਗ ਮਿਸ਼ਨ ਟੂ ਇਨਵੈਸਟੀਗੇਟ the HR violations in Indian occupied Kashmir. He urged resolution of Kashmir dispute in accordance with the long standing unimplemented UN Security Council resolutions which promised the people of Kashmir to exercise their right to self determination. Tarjuman dasaj uri hamle to mutalliq bharti ilzamat be bunyad hain jinna di koi haisiyat kehni pak fizaiya di mashka mamool di mashka hain। ਪਾਕਿਸਤਾਨ ਪੁਰ ਅਮਨ ਮੁਲਕ ਹੈ ਪਰ ਮੁਲਕੀ ਸਾਲਮਤ ਦੇ ਤਹਾਫਜ਼ ਸੰਗੇ ਮੁਸੱਲਾ ਅਫਵਾਜ ਮੁਕੰਮਲ ਤਿਆਰ ਹੈ। ਪਾਕਿਸਤਾਨ ਇਜ਼ ਅ ਪੀਸ ਲਵਿੰਗ ਕੰਟਰੀ ਐਂਡ ਵੀ ਪਰਸੂ ਆਵਰ ਪ੍ਰਾਈਮ ਮਿਨਿਸਟਰਸ ਵਿਜ਼ਨ ਆਫ ਪੀਸਫੁਲ ਨੇਬਰਹੁੱਡ ਬਟ ਲੈਟ ਮੀ ਮੇਕ ਇਟ ਕਲੀਅਰ ਦੈਟ ਆਰਮ ਫੋਰਸਿਸ ਐਂਡ ਦ ਇੰਟਾਇਰ ਨੇਸ਼ਨ ਆਫ ਪਾਕਿਸਤਾਨ ਰਿਮੇਨ ਰੈਡੀ ਟੂ ਡਿਫੈਂਡ ਦ ਕੰਟਰੀਜ਼ ਸੋਵਰਨਟੀ ਐਂਡ ਟੈਰੀਟੋਰੀਅਲ ਇੰਟੈਗ੍ਰਿਟੀ ਐਟ ਆਲ ਕਾਸਟ। ਤਰਜਮਾਨ ਦੱਸਿਆ ਜੋ ਆਲਮੀ ਬਰਾਦਰੀ ਕੋ ਕੁਲਭੂਸ਼ਣ ਯਾਦਵ ਤੋਂ ਹਾਸਿਲ ਤਾਜ਼ਾ ਮਾਲੂਮਾਤ ਬਾਰੇ ਵੀ ਆਗਾਹ ਕਰਦੇ ਪਿਓ ਭਾਰਤੀ ਮੀਡੀਆ ਨੇਪਾਲੀ ਵਜ਼ੀਰ ਆਜ਼ਮ ਦੇ ਬਿਆਨ ਕੋ ਤਰੋੜ ਮਰੋੜ ਤੇ ਪਾਕਿਸਤਾਨ ਦੇ ਖਿਲਾਫ ਪੇਸ਼ ਕੀਤਾ।